ਹੁਣ ਪੰਜਾਬ ਦੀਆਂ ਕੁੜੀਆਂ ਨੂੰ ਫਾਇਰ ਬ੍ਰਿਗੇਡ ਵਿਭਾਗ ਦੇ ਵਿੱਚ ਨੌਕਰੀ ਦੇ ਲਈ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾਣਗੇ, ਨਿਯਮਾਂ ਦੇ ਵਿੱਚ ਬਦਲਾਅ ਕੀਤਾ ਜਾਏਗਾ, ਕਿਉਂਕਿ ਕੁਝ ਅਜਿਹੇ ਨਿਯਮ ਸੀ ਜਿਨ੍ਹਾਂ ਦੇ ਚੱਲਦਿਆਂ ਪਹਿਲਾਂ ਕੁੜੀਆਂ ਦੇ ਲਈ ਇਸ ਭਰਤੀ ਦਾ ਹਿੱਸਾ ਬਣਨਾ ਸ਼ਾਇਦ ਮੁਸ਼ਕਲ ਹੋ ਰਿਹਾ ਸੀ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਇੱਕ ਵੱਡਾ ਐਲਾਨ ਕੀਤਾ। ਸਾਡੇ ਨਾਲ ਹਰਪ੍ਰੀਤ ਕੌਰ। ਹਰਪ੍ਰੀਤ ਕੌਰ ਨੇ, ਇਹ ਉਹਨਾਂ ਕੁੜੀਆਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਟੈਸਟ ਦਿੱਤਾ ਸੀ, ਪਰ ਕਹਿੰਦੇ ਕਿ ਟੈਸਟ ਦੇਣ ਦੇ ਬਾਵਜੂਦ, ਵਧੀਆ ਨੰਬਰ ਲੈਣ ਦੇ ਬਾਵਜੂਦ ਤੁਹਾਡੀ ਨੌਕਰੀ ਸਿਰੇ ਨਹੀਂ ਲੱਗੀ। ਉਹਨਾਂ ਨੇ ਭਰਤੀ ਨੂੰ ਕੰਪਲੀਟ ਹੀ ਨਹੀਂ ਕੀਤਾ ਹੈਗਾ, ਸਿਰਫ ਮੁੰਡਿਆਂ ਦੀ ਹੀ ਰਿਜ਼ਲਟ ਅਨਾਊਂਸ ਕਰਕੇ ਉਹਨਾਂ ਦੀ ਸਿਲੈਕਸ਼ਨ ਦੇ ਦਿੱਤੀ ਹੈ। ਕੁੜੀਆਂ ਬਾਰੇ ਕੁਝ ਡਿਕਲੇਅਰ ਹੀ ਨਹੀਂ ਕੀਤਾ ਹੈ, ਨਾ ਉਹਨਾਂ ਨੂੰ ਪਾਸ ਅਨਾਊਂਸ ਕੀਤਾ, ਨਾ ਉਹਨਾਂ ਨੂੰ ਫੇਲ ਅਨਾਊਂਸ ਕੀਤਾ। ਤਾਂ ਇਸ ਬਾਰੇ ਅਸੀਂ ਉਹਨਾਂ ਨੂੰ ਸੀਐਮ ਸਾਹਿਬ ਨੂੰ ਚਰਚਾ ਕੀਤੀ ਸੀਗੀ ਕਿ ਕੀ ਗੱਲ ਵੀ ਕੁੜੀਆਂ ਕਿਸੇ ਇਲੇ 'ਚ ਨਹੀਂ ਆਉਣਗੀਆਂ ਹੈਗੀਆਂ, ਵੀ ਸਾਡੀ ਵੀ ਦਰਖਾਸਤ ਸੁਣੀ ਜਾਵੇ। ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਗੱਲ ਕੀ ਸੀ, ਅਸੀਂ ਕਿਹਾ ਜੀ ਸਾਡੇ ਪੈਰਾਮੀਟਰਸ ਆਰ ਬੋਇਜ਼ ਦੇ ਸੇਮ ਸੀਗੇ ਮੁੰਡਿਆਂ ਦੇ ਕੁੜੀਆਂ ਦੇ। ਤਾਂ ਉਹਨਾਂ ਨੂੰ ਲੈ ਕੇ ਉਹ ਕਹਿੰਦੇ ਵੀ ਇਹ ਗਲਤ ਸੀਗਾ, ਵੀ 60 ਕਿਲੋ ਵਜਨ ਕੁੜੀਆਂ ਨਹੀਂ ਚੱਕ ਸਕਦੀਆਂ ਹੈਗੀਆਂ। ਤਾਂ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਉਹਨਾਂ ਰੂਲਸ ਨੂੰ ਚੇਂਜ ਕਰਾਂਗੇ ਅਤੇ ਅੱਗੇ ਤੁਹਾਡੀ ਇਹ ਵਾਲੀ ਸਿਲੈਕਸ਼ਨ ਭਰਤੀ ਨੂੰ ਅਸੀਂ ਦੁਬਾਰਾ ਰੀਚੈੱਕ ਕਰਕੇ ਕੁੜੀਆਂ ਦੀ ਵੈਲ ਵੀ ਫੇਵਰ ਵਿੱਚ ਕੁਛ ਕੱਢਾਂਗੇ ਰਿਜ਼ਲਟ। ਅੱਛਾ, ਇਹ ਹੋਇਆ ਕਦੋਂ ਸੀ ਟੈਸਟ ਤੁਹਾਡਾ, ਜਦੋਂ ਤਾਂ ਇਹ ਪੋਸਟਾਂ ਕੱਢੀਆਂ ਗਈਆਂ ਉਦੋਂ ਮੁੰਡੇ ਔਰ ਕੁੜੀਆਂ ਦੇ ਲਈ ਕੋਈ ਸਪੈਸੀਫਿਕ ਦਿੱਤਾ ਸੀ ਕਿ ਓਪਨ ਸੀ? ਨਹੀਂ ਸਰ, ਫਾਰਮ ਵਿੱਚ ਵੀ ਤਾਂ ਸ਼ਾਇਦ ਇਹ ਹੈ ਸੀ ਲਿਖਿਆ ਹੋਇਆ ਵੀ 60 ਕਿਲੋ ਹੀ ਚੱਕਣਾ ਹੈ, ਬਟ ਹੋਰ ਸਟੇਟ ਵਿੱਚ ਵੀ ਤਾਂ ਇਹਨਾਂ ਨੇ ਚੇਂਜ ਕਰਿਆ ਹੋਇਆ ਵੀ ਭਰਤੀ ਵਿੱਚ ਕੁੜੀਆਂ ਦੇ ਪੈਰਾਮੀਟਰ ਘੱਟ ਹੁੰਦੇ ਆ, 60 ਕਿਲੋ ਨਹੀਂ ਹੁੰਦਾ, ਕੁੜੀਆਂ ਦੇ ਚੱਕੇ ਨਹੀਂ ਹੁੰਦੀਆਂ ਹੈਗੀਆਂ। ਇਹਨਾਂ ਨੇ ਤੁਹਾਨੂੰ ਇਹ ਤਾਂ ਦਿੱਤਾ ਕਿ ਆਹ ਕੁੜੀਆਂ ਪੇਪਰ ਦੇ ਸਕਦੀਆਂ, ਪਰ ਉਹਦੇ ਲਈ ਸਾਫ ਤੌਰ ਤੇ ਰੂਲ ਐਸਾ ਸੀ ਕਿ ਜਿੰਨਾ ਮਰਜ਼ੀ ਪੇਪਰ ਦੇ ਰਹੋ ਤੁਹਾਡੀ ਗੱਲ ਨਹੀਂ ਬਣੀ। ਜਿਹੜੇ ਬੋਇਜ਼ ਲਈ ਰੂਲ ਸੀਗੇ ਉਹ ਹੀ ਕੁੜੀਆਂ ਲਈ ਰੂਲ ਸੀ, ਉਹਨਾਂ ਨੇ ਬੋਇਜ਼ ਦੇ ਜਿਵੇਂ ਬੋਇਜ਼ ਦੇ ਰੱਖੇ ਸੀਗੇ 60 ਕੇਜੀ, ਉਵੇਂ ਹੀ ਕੁੜੀਆਂ ਦੇ ਰੱਖੇ ਹੋਏ ਸੀਗੇ। ਅਤੇ ਉਹਨਾਂ ਦੀ ਹਾਈਟ ਵੀ ਜਿਵੇਂ ਮੁੰਡਿਆਂ ਦੀ 5-7 ਸੀਗੀ, ਤਾਂ ਐਵੇਂ ਕੁੜੀਆਂ ਦੀ 5-7 ਸੇਮ ਰੱਖੀ ਹੋਈ ਸੀਗੀ। ਮੁੱਖ ਮੰਤਰੀ ਜਿਸ ਤਰ੍ਹਾਂ ਜੋ ਓਪਨ 'ਚ ਐਲਾਨ ਕੀਤਾ, ਮੰਚ ਤੋਂ ਖੁੱਲ੍ਹ ਕੇ ਬੋਲੇ ਨੇ, ਤੁਹਾਡੇ ਨਾਲ ਗੱਲਬਾਤ ਵੀ ਹੋਈ ਹੈ, ਕੀ ਲੱਗਦਾ ਹੁਣ? ਤਾਂ ਸਾਨੂੰ ਹੁਣ ਚੰਗਾ ਲੱਗਿਆ ਵੀ ਉਹ ਕੁਛ ਨਾ ਕੁਛ ਤਾਂ ਰਿਜ਼ਲਟ ਨਿਕਲੇਗਾ। ਉਹਨਾਂ ਨੇ ਆਸ਼ਵਾਸਨ ਦਿੱਤਾ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਨੇ ਕੁਝ ਕਰਨਗੇ ਇਸ ਫੈਸਲੇ ਬਾਰੇ, ਵੀ ਉਹ ਰਿਜ਼ਲਟ ਦੇ ਬਾਰੇ ਵੀ ਕੁੜੀਆਂ ਦੇ ਰਿਜ਼ਲਟ ਨੂੰ ਜ਼ਰੂਰ ਅਨਾਊਂਸ ਕਰਨਗੇ ਉਹ। ਤਾਂ ਇੱਕ ਆਸ ਜਾਗੀ ਹੈ ਜੀ, ਕਹਿੰਦੇ ਇਸ ਤੋਂ ਪਹਿਲਾਂ ਕਹਿੰਦੇ ਟੈਸਟ ਦਿੱਤਾ ਪਰ ਨਤੀਜਾ ਨਹੀਂ ਆਇਆ, ਕਿਉਂਕਿ ਨਿਯਮ ਜਿਹੜੇ ਨੇ ਉਹ ਉਹੀ ਰੱਖ ਦਿੱਤੇ ਜਿਹੜੇ ਮੁੰਡਿਆਂ ਦੇ ਲਈ ਸੀ, ਪਰ ਹੁਣ ਅੱਜ ਮੁੱਖ ਮੰਤਰੀ ਨੇ ਸਾਫ਼ ਤੌਰ 'ਤੇ ਐਲਾਨ ਕੀਤਾ, ਮੰਚ ਤੋਂ ਐਲਾਨ ਕੀਤਾ ਕਿ ਇਹਨਾਂ ਕੁੜੀਆਂ ਨੂੰ ਵੀ ਮੌਕਾ ਮਿਲੇਗਾ। ਜੇ ਮੁੰਡੇ 60 ਕਿਲੋ ਵਜਨ ਚੱਕਣਾ ਉਹਨਾਂ ਦੇ ਲਈ ਸ਼ਰਤ ਹੈ, ਤਾਂ ਕੁੜੀਆਂ ਦੇ ਲਈ 60 ਤੋਂ ਘੱਟ ਕੀਤਾ ਜਾਵੇ। ਤਾਂ ਹੁਣ ਇਹਨਾਂ ਨੂੰ ਆਸ ਜਾਗੀ ਹੈ, ਦੇਖਦੇ ਹਾਂ ਕਿ ਕਦੋਂ ਇਸ ਐਲਾਨ ਨੂੰ ਸਿਰੇ ਲਾਇਆ ਜਾਂਦਾ। ਪਰ ਫਿਲਹਾਲ ਇਹ ਕੁੜੀਆਂ ਜਿਨ੍ਹਾਂ ਨੇ ਪੇਪਰ ਦਿੱਤਾ ਸੀ ਫਾਇਰ ਬ੍ਰਿਗੇਡ ਵਿਭਾਗ ਦੇ ਵਿੱਚ ਨੌਕਰੀ ਦੇ ਲਈ ਖੁਸ਼ ਜ਼ਰੂਰ ਅਤੇ ਆਸਵਾਂ ਜ਼ਰੂਰ ਨਜ਼ਰ ਆਈਆਂ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਮੋਹਾਲੀ। ਹੁਣ ਪੰਜਾਬ ਦੀਆਂ ਕੁੜੀਆਂ ਨੂੰ ਫਾਇਰ ਬ੍ਰਿਗੇਡ ਵਿਭਾਗ ਦੇ ਵਿੱਚ ਨੌਕਰੀ ਦੇ ਲਈ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾਣਗੇ, ਨਿਯਮਾਂ ਦੇ ਵਿੱਚ ਬਦਲਾਅ ਕੀਤਾ ਜਾਏਗਾ, ਕਿਉਂਕਿ ਕੁਝ ਅਜਿਹੇ ਨਿਯਮ ਸੀ ਜਿਨ੍ਹਾਂ ਦੇ ਚੱਲਦਿਆਂ ਪਹਿਲਾਂ ਕੁੜੀਆਂ ਦੇ ਲਈ ਇਸ ਭਰਤੀ ਦਾ ਹਿੱਸਾ ਬਣਨਾ ਸ਼ਾਇਦ ਮੁਸ਼ਕਲ ਹੋ ਰਿਹਾ ਸੀ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਇੱਕ ਵੱਡਾ ਐਲਾਨ ਕੀਤਾ। ਸਾਡੇ ਨਾਲ ਹਰਪ੍ਰੀਤ ਕੌਰ। ਹਰਪ੍ਰੀਤ ਕੌਰ ਨੇ, ਇਹ ਉਹਨਾਂ ਕੁੜੀਆਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਟੈਸਟ ਦਿੱਤਾ ਸੀ, ਪਰ ਕਹਿੰਦੇ ਕਿ ਟੈਸਟ ਦੇਣ ਦੇ ਬਾਵਜੂਦ, ਵਧੀਆ ਨੰਬਰ ਲੈਣ ਦੇ ਬਾਵਜੂਦ ਤੁਹਾਡੀ ਨੌਕਰੀ ਸਿਰੇ ਨਹੀਂ ਲੱਗੀ। ਉਹਨਾਂ ਨੇ ਭਰਤੀ ਨੂੰ ਕੰਪਲੀਟ ਹੀ ਨਹੀਂ ਕੀਤਾ ਹੈਗਾ, ਸਿਰਫ ਮੁੰਡਿਆਂ ਦੀ ਹੀ ਰਿਜ਼ਲਟ ਅਨਾਊਂਸ ਕਰਕੇ ਉਹਨਾਂ ਦੀ ਸਿਲੈਕਸ਼ਨ ਦੇ ਦਿੱਤੀ ਹੈ। ਕੁੜੀਆਂ ਬਾਰੇ ਕੁਛ ਡਿਕਲੇਅਰ ਹੀ ਨਹੀਂ ਕੀਤਾ ਹੈ, ਨਾ ਉਹਨਾਂ ਨੂੰ ਪਾਸ ਅਨਾਊਂਸ ਕੀਤਾ, ਨਾ ਉਹਨਾਂ ਨੂੰ ਫੇਲ ਅਨਾਊਂਸ ਕੀਤਾ। ਤਾਂ ਇਸ ਬਾਰੇ ਅਸੀਂ ਉਹਨਾਂ ਨੂੰ ਸੀਐਮ ਸਾਹਿਬ ਨੂੰ ਚਰਚਾ ਕੀਤੀ ਸੀਗੀ ਕਿ ਕੀ ਗੱਲ ਵੀ ਕੁੜੀਆਂ ਕਿਸੇ ਇਲੇ 'ਚ ਨਹੀਂ ਆਉਣਗੀਆਂ ਹੈਗੀਆਂ, ਵੀ ਸਾਡੀ ਵੀ ਦਰਖਾਸਤ ਸੁਣੀ ਜਾਵੇ। ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਗੱਲ ਕੀ ਸੀ, ਅਸੀਂ ਕਿਹਾ ਜੀ ਸਾਡੇ ਪੈਰਾਮੀਟਰਸ ਆਰ ਬੋਇਜ਼ ਦੇ ਸੇਮ ਸੀਗੇ ਮੁੰਡਿਆਂ ਦੇ ਕੁੜੀਆਂ ਦੇ। ਤਾਂ ਉਹਨਾਂ ਨੂੰ ਲੈ ਕੇ ਉਹ
ਕਹਿੰਦੇ ਵੀ ਇਹ ਗਲਤ ਸੀਗਾ ਵੀ 60 ਕਿਲੋ ਵਜਨ ਕੁੜੀਆਂ ਨਹੀਂ ਚੱਕ ਸਕਦੀਆਂ ਹੈਗੀਆਂ। ਤਾਂ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਉਹਨਾਂ ਰੂਲਸ ਨੂੰ ਚੇਂਜ ਕਰਾਂਗੇ ਤੇ ਅੱਗੇ ਤੁਹਾਡੀ ਇਹ ਵਾਲੀ ਸਿਲੈਕਸ਼ਨ ਭਰਤੀ ਨੂੰ ਅਸੀਂ ਦੁਬਾਰਾ ਰੀਚੈੱਕ ਕਰਕੇ ਕੁੜੀਆਂ ਦੀ ਵੈਲ ਵੀ ਫੇਵਰ ਵਿੱਚ ਕੁਛ ਕੱਢਾਂਗੇ ਰਿਜ਼ਲਟ। ਅੱਛਾ, ਇਹ ਹੋਇਆ ਕਦੋਂ ਸੀ ਟੈਸਟ ਤੁਹਾਡਾ, ਜਦੋਂ ਇਹ ਪੋਸਟਾਂ ਕੱਢੀਆਂ ਗਈਆਂ ਉਦੋਂ ਮੁੰਡੇ ਔਰ ਕੁੜੀਆਂ ਦੇ ਲਈ ਕੋਈ ਸਪੈਸੀਫਿਕ ਦਿੱਤਾ ਸੀ ਕਿ ਓਪਨ ਸੀ? ਨਹੀਂ ਸਰ, ਫਾਰਮ ਵਿੱਚ ਵੀ ਤਾਂ ਸ਼ਾਇਦ ਇਹ ਹੈ ਸੀ ਲਿਖਿਆ ਹੋਇਆ ਵੀ 60 ਕਿਲੋ ਹੀ ਚੱਕਣਾ ਹੈ, ਬਟ ਹੋਰ ਸਟੇਟ ਵਿੱਚ ਵੀ ਤਾਂ ਇਹਨਾਂ ਨੇ ਚੇਂਜ ਕਰਿਆ ਹੋਇਆ ਵੀ ਭਰਤੀ ਵਿੱਚ ਕੁੜੀਆਂ ਦੇ ਪੈਰਾਮੀਟਰ ਘੱਟ ਹੁੰਦੇ ਆ, 60 ਕਿਲੋ ਨਹੀਂ ਹੁੰਦਾ, ਕੁੜੀਆਂ ਦੇ ਚੱਕੇ ਨਹੀਂ ਹੁੰਦੀਆਂ ਹੈਗੀਆਂ। ਇਹਨਾਂ ਨੇ ਤੁਹਾਨੂੰ ਇਹ ਤਾਂ ਦਿੱਤਾ ਕਿ ਆਹ ਕੁੜੀਆਂ ਪੇਪਰ ਦੇ ਸਕਦੀਆਂ, ਪਰ ਉਹਦੇ ਲਈ ਸਾਫ਼ ਤੌਰ ਤੇ ਰੂਲ ਐਸਾ ਸੀ ਕਿ ਜਿੰਨਾ ਮਰਜ਼ੀ ਪੇਪਰ ਦੇ ਰਹੋ ਤੁਹਾਡੀ ਗੱਲ ਨਹੀਂ ਬਣੀ। ਬੋਇਜ਼ ਲਈ ਰੂਲ ਸੀਗੇ ਉਹ ਹੀ ਕੁੜੀਆਂ ਲਈ ਰੂਲ ਸੀ, ਉਹਨਾਂ ਨੇ ਬੋਇਜ਼ ਦੇ ਜਿਵੇਂ ਬੋਇਜ਼ ਦੇ ਰੱਖੇ ਸੀਗੇ 60 ਕੇਜੀ, ਉਵੇਂ ਹੀ ਕੁੜੀਆਂ ਦੇ ਰੱਖੇ ਹੋਏ ਸੀਗੇ, ਤੇ ਉਹਨਾਂ ਦੀ ਹਾਈਟ ਵੀ ਜਿਵੇਂ ਮੁੰਡਿਆਂ ਦੀ 5-7 ਸੀਗੀ ਤੇ ਐਵੇਂ ਕੁੜੀਆਂ ਦੀ 5-7 ਸੇਮ ਰੱਖੀ ਹੋਈ ਸੀਗੀ। ਮੁੱਖ ਮੰਤਰੀ ਨੇ ਜਿਸ ਤਰ੍ਹਾਂ ਜੋ ਓਪਨ ਚ ਐਲਾਨ ਕੀਤਾ, ਮੰਚ ਤੋਂ ਖੁੱਲ੍ਹ ਕੇ ਬੋਲੇ ਨੇ, ਤੁਹਾਡੇ ਨਾਲ ਗੱਲਬਾਤ ਵੀ ਹੋਈ ਹੈ, ਕੀ ਲੱਗਦਾ ਹੁਣ? ਤਾਂ ਸਾਨੂੰ ਹੁਣ ਚੰਗਾ ਲੱਗਿਆ ਵੀ ਉਹ ਕੁਛ ਨਾ ਕੁਛ ਤਾਂ ਰਿਜ਼ਲਟ ਨਿਕਲੇਗਾ, ਉਹਨਾਂ ਨੇ ਆਸ਼ਵਾਸਨ ਦਿੱਤਾ ਵੀ ਇੱਕ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਨੇ ਕੁਝ ਕਰਨਗੇ ਇਸ ਫੈਸਲੇ ਬਾਰੇ, ਵੀ ਉਹ ਰਿਜ਼ਲਟ ਦੇ ਬਾਰੇ ਵੀ ਕੁੜੀਆਂ ਦੇ ਰਿਜ਼ਲਟ ਨੂੰ ਜ਼ਰੂਰ ਅਨਾਊਂਸ ਕਰਨਗੇ ਉਹ। ਤਾਂ ਇੱਕ ਆਸ ਜਾਗੀ ਹੈ ਜੀ, ਕਹਿੰਦੇ ਇਸ ਤੋਂ ਪਹਿਲਾਂ ਕਹਿੰਦੇ ਟੈਸਟ ਦਿੱਤਾ ਪਰ ਨਤੀਜਾ ਨਹੀਂ ਆਇਆ ਕਿਉਂਕਿ ਨਿਯਮ ਜਿਹੜੇ ਨੇ ਉਹ ਉਹੀ ਰੱਖ ਦਿੱਤੇ ਜਿਹੜੇ ਮੁੰਡਿਆਂ ਦੇ ਲਈ ਸੀ, ਪਰ ਹੁਣ ਅੱਜ ਮੁੱਖ ਮੰਤਰੀ ਨੇ ਸਾਫ਼ ਤੌਰ ਤੇ ਐਲਾਨ ਕੀਤਾ, ਮੰਚ ਤੋਂ ਐਲਾਨ ਕੀਤਾ ਕਿ ਇਹਨਾਂ ਕੁੜੀਆਂ ਨੂੰ ਵੀ ਮੌਕਾ ਮਿਲੇਗਾ, ਜੇ ਮੁੰਡੇ 60 ਕਿਲੋ ਵਜਨ ਚੱਕਣਾ ਉਹਨਾਂ ਦੇ ਲਈ ਸ਼ਰਤ ਹੈ ਤਾਂ ਕੁੜੀਆਂ ਦੇ ਲਈ 60 ਤੋਂ ਘੱਟ ਕੀਤਾ ਜਾਵੇ। ਤਾਂ ਹੁਣ ਇਹਨਾਂ ਨੂੰ ਆਸ ਜਾਗੀ ਹੈ, ਦੇਖਦੇ ਹਾਂ ਕਿ ਕਦੋਂ ਇਸ ਐਲਾਨ ਨੂੰ ਸਿਰੇ ਲਾਇਆ ਜਾਂਦਾ, ਪਰ ਫਿਲਹਾਲ ਇਹ ਕੁੜੀਆਂ ਜਿਨ੍ਹਾਂ ਨੇ ਪੇਪਰ ਦਿੱਤਾ ਸੀ ਫਾਇਰ ਬ੍ਰਿਗੇਡ ਵਿਭਾਗ ਦੇ ਵਿੱਚ ਨੌਕਰੀ ਦੇ ਲਈ ਖੁਸ਼ ਜ਼ਰੂਰ ਅਤੇ ਆਸਵਾਂ ਜ਼ਰੂਰ ਨਜ਼ਰ ਆਈਆਂ। ਕੈਮਰਾਮੈਨ ਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਮੋਹਾਲੀ।